ਅਸਲਾਮ ਵਾਲੇਕੁਮ, ਉਮੀਦ ਕਰਦਾ ਤੁਹਾਨੂੰ ਸਾਰੇ ਠੀਕ ਠਾਕ ਹੋਵੇ। ਤੁਸੀਂ ਦੇਖ ਰਹੇ ਮੇਰਾ ਚੈਨਲ ਅਦੀ ਵਲੌਗ, ਅਤੇ ਗਾਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ। ਅਤੇ ਹੋਰ ਗਾਇਸ, ਅੱਜ ਜਿਹੜਾ ਨਾ ਯਾਨੀ ਕਿ ਮੈਂ ਤੁਹਾਨੂੰ ਦਿਖਾਵਾਂਗਾ, ਜਿਹੜੇ ਸੂਪਰ ਦਾ ਯਾਨੀ ਕਿ ਫਲ ਨਿਕਲਣਾ ਸ਼ੁਰੂ ਹੋਇਆ ਸੀ ਨਾ, ਉਹ ਦੇਖਦੇ ਹਾਂ ਕਿੰਨਾ ਕੁ ਨਜ਼ਰ ਆਉਂਦਾ ਹਲੇ। ਅਤੇ ਹੋਰ ਗਾਇਸ, ਜਿਹੜਾ ਨਾ ਫੁੱਲ ਵਗੈਰਾ ਯਾਨੀ ਕਿ ਝੜ ਗਏ ਸਾਰੇ, ਅਤੇ ਬਾਕੀ ਜਿਹੜਾ ਨਾ ਪਿੱਛੇ ਬਚਿਆ ਉਹ ਯਾਨੀ ਕਿ ਜਿਹੜਾ ਫਲ ਹੁੰਦਾ ਉਹਦੇ 'ਚ ਵੀ ਜਿਹੜਾ ਨਾ ਅੱਧਾ ਥੱਲੇ ਕੇ ਰਹਿੰਦਾ ਹੁੰਦਾ, ਅਤੇ ਅੱਧਾ ਯਾਨੀ ਕਿ ਜਿਹੜਾ ਨਾ ਉਹ ਕਾਮਯਾਬ ਹੁੰਦਾ। ਯਾਨੀ ਕਿ ਇਹਨੂੰ ਬੋਲਿਆ ਜਾਂਦਾ ਕਿ ਅੱਧਾ ਸੱਚਾ ਫਲ ਹੁੰਦਾ, ਅੱਧਾ ਯਾਨੀ ਕਿ ਝੂਠਾ ਫਲ ਹੁੰਦਾ, ਜਿਹੜਾ ਝੂਠਾ ਹੁੰਦਾ ਨਾ ਉਹ ਥੱਲੇ ਕੇ ਰਹਿੰਦਾ। ਅਤੇ ਉਹ ਯਾਨੀ ਕਿ ਅੱਜ ਦੇਖਦੇ ਹਾਂ। ਅਤੇ ਹੋਰ ਗਾਇਸ, ਇੱਧਰੋਂ ਹੀ ਯਾਨੀ ਕਿ ਦੇਖਦੇ ਹਾਂ, ਉੱਧਰ ਕਣਕ ਯਾਨੀ ਕਿ ਦੇ ਵਿੱਚ ਜਿਹੜਾ ਨਾ ਆਹ ਦੇਖੋ, ਆਹ ਯਾਨੀ ਕਿ ਲੱਗਿਆ ਪੀਲੇ ਸਾਲ ਇਸ ਪੌਦੇ ਦਾ ਜਿਹੜਾ ਨਾ ਫਲ ਬਹੁਤ ਜ਼ਿਆਦਾ ਘੱਟ ਸੀ, ਅਤੇ ਇਸ ਦਫ਼ਾ ਵੀ ਜਿਹੜਾ ਨਾ ਬਸ ਠੀਕ ਹੀ ਹੈ। ਅਤੇ ਬਾਕੀ ਗਾਇਸ, ਕਿਉਂਕਿ ਹੁਣ ਸਾਡੇ ਕੋਲ ਨਹੀਂ ਹੈ ਅਗਲੇ ਸਾਲ ਵਾਸਤੇ, ਅਤੇ ਇਸ ਕਰਕੇ ਜਿਹੜਾ ਨਾ ਅਸੀਂ ਯਾਨੀ ਕਿ ਇਹਨਾਂ ਦੀ ਕੋਈ ਯਾਨੀ ਕਿ ਦੇਖਭਾਲ ਨਹੀਂ ਇੰਨੀ ਕੀਤੀ। ਅਤੇ ਥੱਲੋਂ ਯਾਨੀ ਦੇਖੇ ਦੇਖੋ ਨਾ, ਕੋਈ ਗਡਾਈ ਵਗੈਰਾ ਵੀ ਨਹੀਂ ਹੋਈ, ਨਾ ਕੋਈ ਖਾਦ ਪਾਈ ਹੈ, ਅਤੇ ਫਲ ਵੀ ਜਿਹੜਾ ਨਾ ਐਡਾ ਕੋਈ ਨਹੀਂ ਖਾਸ ਨਹੀਂ ਨਜ਼ਰ ਆ ਰਿਹਾ, ਬਾਕੀ ਜਿੰਨਾ ਕੁ ਹੈ। ਹੋਰ ਗਾਇਸ, ਇਸ ਲਈ ਯਾਨੀ ਕਿ ਅਸੀਂ ਕੋਈ ਨਹੀਂ ਖੇਚਲ ਕਰ ਰਹੇ, ਕਿਉਂਕਿ ਸਾਡੇ ਕੋਲ ਜਦੋਂ ਹੈ ਹੀ ਨਹੀਂ, ਤਾਂ ਫਿਰ ਅਸੀਂ ਕਿਉਂ ਯਾਨੀ ਕਿ ਇਹਨਾਂ ਦਾ ਯਾਨੀ ਕਿ ਖਰਚਾ ਕਰਨਾ ਇਹਨਾਂ 'ਤੇ ਅਤੇ ਦੇਖਭਾਲ ਕਰਨੀ। ਬਾਕੀ ਪਿਛਲੇ ਸਾਲ ਜਦੋਂ ਸਾਡੇ ਕੋਲ ਸੀ, ਆ ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਗੋਡੀ ਵੀ ਕਰਕੇ ਖਾਦ ਵੀ ਪਾ ਕੇ ਇਹਨਾਂ 'ਤੇ ਪਾਣੀ ਲਾ ਕੇ ਛੱਡ ਦਿੱਤਾ ਸੀ, ਅਤੇ ਸੋਕ ਵਗੈਰਾ ਜਿਹੜੀ ਸੀ ਨਾ ਉਹ ਵੀ ਕੱਢ ਦਿੱਤੀ ਸੀ। ਅਤੇ ਇਸ ਸਾਲ ਜਿਹੜਾ ਨਾ ਫਲ ਵੀ ਯਾਨੀ ਕਿ ਘੱਟ ਹੋਣਾ, ਕਿਉਂਕਿ ਪਿਛਲੇ ਸਾਲ ਫਲ ਜ਼ਿਆਦਾ ਸੀ, ਅਤੇ ਇਸ ਸਾਲ ਜਿਹੜਾ ਨਾ ਫਲ ਘੱਟ ਹੋਣਾ। ਅਤੇ ਆਹ ਦੇਖੋ ਜਿਹੜਾ ਨਾ ਇਸ ਪੌਦੇ 'ਤੇ ਬਹੁਤ ਜ਼ਿਆਦਾ ਫਲ ਸੀ, ਅਤੇ ਇਸ ਦਫ਼ਾ ਜਿਹੜਾ ਨਾ ਇਹਦੇ 'ਤੇ ਬਹੁਤ ਘੱਟ ਨਜ਼ਰ ਆ ਰਿਹਾ। ਅਤੇ ਬਾਕੀ ਗਾਇਸ, ਇੰਨਾ ਵੀ ਘੱਟ ਨਹੀਂ ਹੁੰਦਾ ਹੁੰਦਾ, ਫਿਰ ਵੀ ਜਿਹੜਾ ਨਾ ਫਰਕ ਪੈ ਜਾਂਦਾ ਹੁੰਦਾ। ਇਹ ਨਹੀਂ ਕਿ ਪੌਦਾ ਬਿਲਕੁਲ ਹੀ ਯਾਨੀ ਕਿ ਖਾਲੀ ਹੋ ਜਾਂਦਾ, ਖਾਲੀ ਨਹੀਂ ਹੁੰਦਾ, ਫਰਕ ਕੋਈ ਨਾ ਪੈਂਦਾ, ਪਰ ਇੰਨਾ ਜ਼ਿਆਦਾ ਨਹੀਂ ਹੁੰਦਾ। ਅਤੇ ਇਹ ਹੈ ਕਿ ਪਿਛਲੇ ਸਾਲ ਜਿਹੜਾ ਸਾਡੇ ਕੋਲ ਜਦੋਂ ਅਸੀਂ ਤੋੜੇ ਨਾ ਪਿਛਲੇ ਸਾਲ ਫਰੂਟਰ, ਅਤੇ ਤਕਰੀਬਨ ਮਾਸ਼ਾਅੱਲਾ ਜਿਹੜਾ ਨਾ 1200 ਪੱਲਾ ਯਾਨੀ ਕਿ ਹੋਇਆ ਸੀ, ਅਤੇ ਇਸ ਸਾਲ ਜਿਹੜਾ ਨਾ ਲਾ ਲਓ ਕਿ ਕੋਈ 600-700 ਪੱਲਾ ਹੋਏਗਾ, ਇੰਨਾ ਕੁ ਯਾਨੀ ਕਿ ਫਰਕ ਪੈਂਦਾ। ਅਤੇ ਉਹ ਵੀ ਦੇਖਭਾਲ ਦੇ ਸਿਰ 'ਤੇ, ਅਗਰ ਦੇਖਭਾਲ ਚੰਗੀ ਹੋਏਗੀ ਤਾਂ ਫਿਰ ਇੰਨੇ ਕੁ ਹੋਣਗੇ, ਨਹੀਂ ਤਾਂ ਆਹ ਜਿਹੜਾ ਫਲ ਹੈ ਅਗਰ ਬਿਮਾਰੀ ਵਗੈਰਾ ਕੋਈ ਆ ਜਾਂਦੀ ਹੈ ਤਾਂ ਇਹ ਵੀ ਘਿਰ ਸਕਦਾ ਥੱਲੇ। ਅਤੇ ਇਸ ਪੌਦੇ 'ਤੇ ਜਿਹੜਾ ਨਾ ਫਲ ਯਾਨੀ ਕਿ ਨਾਰਮਲ ਸੀ ਪਿਛਲੇ ਸਾਲ, ਅਤੇ ਇਸ ਦਫ਼ਾ ਜਿਹੜਾ ਨਾ ਇਹਦੇ 'ਤੇ ਫਲ ਜਿਹੜਾ ਨਾ ਮਾਸ਼ਾਅੱਲਾ ਚੰਗਾ ਯਾਨੀ ਕਿ ਭਰਿਆ ਹੋਇਆ। ਆਹ ਦੇਖੋ, ਅਤੇ ਇਸ ਤਰ੍ਹਾਂ ਗਾਇਸ ਜਿਹੜਾ ਨਾ ਇਹਨਾਂ ਦਾ ਸੀਨ ਚੱਲਦਾ ਹੈ, ਕਿੰਨੋ ਜਿਹੜੀ ਹੈ ਉਹਦੇ 'ਚ ਫਲ ਇਸ ਦਫ਼ਾ ਹੈ ਹੀ ਕੋਈ ਨਜ਼ਰ ਨਹੀਂ ਆ ਰਿਹਾ ਇੰਨਾ, ਅਤੇ ਉਹ ਵੀ ਯਾਨੀ ਕਿ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗਾ ਕਿ ਉਹਦੇ 'ਚ ਫਲ ਜਿਹੜਾ ਨਾ ਬਹੁਤ ਘੱਟ ਨਜ਼ਰ ਆ ਰਿਹਾ। ਪਤਾ ਨਹੀਂ ਕੀ ਇਸ ਦਫ਼ਾ ਯਾਨੀ ਕਿ ਵੈਸੇ ਨਹੀਂ ਹੈ, ਜਾਂ ਜਿਹੜੇ ਪੌਦੇ ਨੇ ਨਾ ਉਹਨਾਂ ਦੀ ਵੀ ਯਾਨੀ ਕਿ ਸੋਕ ਵਗੈਰਾ ਨਹੀਂ, ਇਸ ਸਾਲ ਵੀ ਕੱਢੀ, ਪਿਛਲੇ ਸਾਲ ਵੀ ਨਹੀਂ ਸੀ ਨਿਕਲੀ ਉਹਨਾਂ ਦੀ ਸੋਕ, ਅਤੇ ਇਸ ਸਾਲ ਵੀ ਨਹੀਂ ਨਿਕਲੀ, ਅਤੇ ਤਾਂ ਕਰਕੇ ਜਿਹੜੇ ਨਾ ਪੌਦੇ ਕਮਜ਼ੋਰ ਹੋ ਕੇ ਸੋਕ ਰਹੇ ਨੇ। ਅਤੇ ਅਸੀਂ ਤਾਂ ਇਸ ਸਾਲ ਯਾਨੀ ਕਿ ਕੱਢਣੀ ਸੀ, ਕਿਉਂਕਿ ਇੱਕ ਸਾਲ ਨਾ ਵੀ ਕੱਢੋ ਕਿ ਫਰਕ ਨਹੀਂ ਪੈਂਦਾ। ਇਹ ਪੌਦੇ ਨੇ ਜਿਹੜੀ ਨਾ ਫਰੂਟਰ ਦੀ ਪਿਛਲੇ ਸਾਲ ਕੱਢੀ ਸੀ, ਤਾਂ ਕਰਕੇ ਜਿਹੜਾ ਨਾ ਇਹਦੇ 'ਤੇ ਫਲ ਜਿਹੜਾ ਉਹ ਠੀਕ ਹੀ ਹੈ। ਅਤੇ ਜਿਹੜੀ ਕਿੰਨੋ ਹੈ ਨਾ ਉਹਦਾ ਪਿਛਲੇ ਸਾਲ ਨਹੀਂ ਸੀ ਸੋਕ ਕੱਢੀ, ਅਤੇ ਇਸ ਸਾਲ ਯਾਨੀ ਕਿ ਕੱਢਣੀ ਸੀ, ਅਤੇ ਉਹ ਸਾਡੇ ਕੋਲ ਬਾਗ ਨਹੀਂ ਰਿਹਾ, ਅਤੇ ਇਸ ਕਰਕੇ ਫਿਰ ਅਸੀਂ ਯਾਨੀ ਕਿ ਕਿਉਂ ਕੱਢਣੀ ਸੀ। ਬਾਕੀ ਅੱਲਾ ਖੈਰ ਕਰੇ, ਅੱਲਾ ਬਿਹਤਰ ਕਰੇਗਾ। ਦੁਆਵਾਂ 'ਚ ਯਾਦ ਰੱਖੀਏਗਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ।